डॉक्टर तो खाया कहते भी कोई इलाज नहीं भी अपने जो एंटीन इन्हें च नुक्स पै चुके भी सही है नहीं पढ़ते स्कूल सारे मतलब स्कूल जाते जी फिर 3 बजे आते उन्होंने आने तक मैं बनवा के मेरे घर तो रखना उदो आने सारे मैं ज्यादा करके भी मैं बैठन भी नहीं दिता कपड़े ला के नहा के रोटी खा के चल पे मेरे नाल झोना ला लें नरमा इन्हें नरमा चुग लें बस हूँ बस इन्होंने साल घ्यो साल 2 साल तक साल तक कुछ नहीं किया कम तो हूँ लागे भी स्कीम बनाई भी पापड़ बेचा करा भी मैं घर तैयार करके दया करो तुम बेचन जाया करो कम भी करना करिए कि मजबूरी है अपनी भी साढ़े बच्चे तक पढ़ नहीं सकते है रेंट ते रहंदे हो अपना मकान है किराए ते रहंदे अक्सर असी लोग देखते हैं तो जानते भी हाँ माँ बाप ने जिहड़े छोटे छोटे बच्चों का सहारा बनते हैं पाल पोस के वड्डे करते हैं तो कोई कारोबार च लगते हैं कोई बिजनेसमैन बनते हैं तो कई वड्डे होकर अफसर बनते हैं पर एक जिहे परिवार नाल तुहानूं रूबरू करावांगे वो जिहड़ा परिवार है महज कुछ सालों के जिहड़े कि बच्चे ने अपने ਦੇ ਨਾਲ ਕੰਮ ਕਰਦੇ ਨੇ ਪਹਿਲਾਂ ਸਵੇਰੇ ਉੱਠਦੇ ਨੇ ਸਕੂਲ ਜਾਂਦੇ ਨੇ ਉਸ ਤੋਂ ਬਾਅਦ ਸਕੂਲੋਂ ਜਿੱਦਾਂ ਹੀ ਵਾਪਸ ਆਉਂਦੇ ਨੇ ਖਾਣਾ ਖਾ ਕੇ ਨਾਲ ਹੀ ਆਪਣੇ ਦੇ ਨਾਲ ਜਿਹੜਾ ਕਿ ਕੰਮ ਕਰਨ ਉਹ ਚਲ ਜਾਂਦੇ ਨੇ ਕੰਮ ਕਰਨ ਕਿਉਂ ਜਾਂਦੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਪਿਛਲੇ 2 ਸਾਲਾਂ ਤੋਂ ਜਿਹੜੀ ਕਿ ਉਹਨਾਂ ਦੀ ਇੱਕ ਐਕਸੀਡੈਂਟ ਦੇ ਕਾਰਨ ਅੱਖਾਂ ਦੀ ਜਿਹੜੀ ਕਿ ਰੋਸ਼ਨੀ ਹੈ ਉਹ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਿ ਪਰਿਵਾਰ ਦਾ ਪਾਲਣ ਪੋਸ਼ਣ ਹੈ ਉਹ ਕਰਨਾ ਔਖਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੇ ਛੋਟੇ ਬੱਚੇ ਨੇ ਪਹਿਲਾਂ ਤਾਂ ਉਹ ਸਕੂਲ ਜਾ ਕੇ ਪੜ੍ਹਦੇ ਨੇ ਸਕੂਲ ਜਾ ਜਦੋਂ ਸਕੂਲੋਂ ਵਾਪਸ ਆਉਂਦੇ ਨੇ ਦੇ ਨਾਲ ਜਾ ਕੇ ਗਲੀ ਗਲੀ ਦੇ ਵਿੱਚ ਸਿਰਫ ਫੁੱਲੇ ਜਿਹੜੇ ਆਪਾਂ ਅਕਸਰ 10 ਜਾਂ 20 ਰੁਪਏ ਦੇ ਲੈਂਦੇ ਹਾਂ ਉਹ ਵੇਚਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਰਦੂਰਗੜ੍ਹ ਦੇ ਵਿੱਚ ਅਸੀਂ ਮੌਜੂਦ ਹਾਂ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਘਰ ਵੀ ਜਿਹੜਾ ਉਹਨਾਂ ਦਾ ਆਪਦਾ ਨਹੀਂ ਹੈਗਾ ਰੈਂਟ 'ਤੇ ਘਰ ਹੈ ਕਿਰਾਏ ਦਾ ਮਕਾਨ ਹੈ ਕਿਰਾਏ 'ਤੇ ਰਹਿੰਦੇ ਨੇ ਸੋ ਅਕਸਰ ਹੀ ਅਸੀਂ ਲੋਕ ਤੁਹਾਨੂੰ ਕੁਝ ਅਜਿਹੇ ਲੋਕਾਂ ਨਾਲ ਜਾਂ ਕੁਝ ਅਜਿਹੇ ਪਰਿਵਾਰਾਂ ਨਾਲ ਮਿਲਾਉਂਦੇ ਹਾਂ ਜੋ ਕਿ ਅਸਮਰਥ ਹੁੰਦੇ ਨੇ ਸੋ ਅਸੀਂ ਵੀ ਤੁਹਾਨੂੰ ਬੇਨਤੀ ਕਰਾਂਗੇ ਜੋ ਲੋਕ ਇਹ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਹਨਾਂ ਲੋਕਾਂ ਦੀ ਜਿੰਨੀ ਵੀ ਹੈਲਪ ਹੋ ਸਕੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਬਾਪ ਹੈ ਜਿਹੜਾ ਕਿ ਹੱਥ ਦੇ ਵਿੱਚ ਇੱਕ ਲਿਫਾਫਾ ਫੜਿਆ ਜੋ ਕਿ ਫੁੱਲੇ ਵੇਚਦਾ ਪਿਆ ਸੋ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ 2 ਸਾਲ ਪਹਿਲੇ ਇੱਕ ਐਕਸੀਡੈਂਟ ਦੇ ਕਾਰਨ ਇਹਨਾਂ ਦੀ ਅੱਖਾਂ ਦੀਆਂ ਜਿਹੜੀ ਕਿ ਰੋਸ਼ਨੀ ਉਹ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋ ਨਾਲ ਇਹ ਬੱਚੇ ਨਾਲ ਜਾਂਦੇ ਨੇ ਗਲੀ ਗਲੀ ਦੇ ਵਿੱਚ ਅਤੇ ਜਿਹੜਾ ਕਿ ਗੁਜ਼ਾਰਾ ਆਪਣਾ ਘਰ ਦਾ ਕਰਦੇ ਨੇ ਬਈ ਕੀ ਨਾਮ ਹੈ ਤੁਹਾਡਾ ਪੂਰਾ ਸਿੰਘ ਜੀ ਕਿੱਦਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਗਈਆਂ ਆਪਣਾ ਜੀ ਖਸਰੇ ਬੱਚੇ ਨੇ ਰੋਸ਼ਨੀ ਗਈ 2 ਸਾਲ ਹੋ ਚੁੱਕੇ ਆ ਜੀ ਮੈਂ ਡਾਕਟਰਾਂ ਨੂੰ ਦਿਖਾਇਆ ਸੀ ਕਹਿੰਦੇ ਵੀ ਕੋਈ ਇਲਾਜ ਨਹੀਂ ਵੀ ਆਪਣੇ ਜਿਹੜੇ ਐਂਟੀਨਿਆਂ 'ਚ ਇਹਨਾਂ 'ਚ ਨੁਕਸ ਪੈ ਚੁੱਕਿਆ ਵੀ ਸਹੀ ਹੈ ਨਹੀਂਗਾ ਕੀ ਕੰਮ ਕੀ ਕਰਦੇ ਸੀ ਪਹਿਲਾਂ ਤੁਸੀਂ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਮਜ਼ਦੂਰੀ ਅਤੇ ਫਿਰ ਹੁਣ ਗੁਜ਼ਾਰਾ ਕਿਵੇਂ ਹੁੰਦਾ ਬੱਚੇ ਕਿਵੇਂ ਪਾਲਦੇ ਹੋ ਕਿੰਨੇ ਬੱਚੇ ਆ ਤੁਹਾਡੇ ਸਾਡੇ 5 ਬੱਚੇ ਜੀ ਇੱਕ ਕੁੜੀ ਮੈਂ ਵਿਆਹ ਨਹੀਂ 4 ਬੱਚੇ ਮੇਰੇ ਕੋਲ ਆ 3 ਮੁੰਡੇ ਜੀ ਆ ਸਾਹਮਣੇ ਨਹੀਂ ਸੀ ਆਪਣਾ ਵੇਚਦੇ ਹਾਂ ਜੀ ਮੈਂ ਇਹ 'ਚ ਮੈਂ 100-150 ਰੁਪਇਆ ਬਚ ਜਾਂਦਾ ਜੀ ਕਿੰਨੀ ਉਮਰ ਕਿੰਨੀ ਕਿੰਨੀ ਹੈ ਬੱਚਿਆਂ ਦੀ ਇਹਨਾਂ ਦੀ ਇਹ ਬੱਚੇ ਦੀ ਇੱਕ ਦੀ 3 ਸਾਲ ਦੀ ਜਿਹੜਾ ਛੋਟਾ ਮੇਰੇ ਕੋਲ ਖੜਾ ਜੀ ਇੱਕ ਦੀ 12 ਸਾਲ ਦੀ ਇੱਕ ਦੀ 8 ਸਾਲ ਦੀ 9 ਸਾਲ ਦੀ ਇੱਕ ਦੀ 9 ਸਾਲ ਦੀ ਹੈ ਜੀ ਇੱਕ ਦੀ 8 ਸਾਲ ਦੀ ਹੈ ਨਾਲ ਕੌਣ ਕੌਣ ਜਾਂਦਾ ਤੁਹਾਡੇ ਵੇਚਣ ਵਾਸਤੇ ਬੱਚਾ ਇੱਕ ਜੀ 9 ਸਾਲ ਦਾ ਇੱਕ 8 ਸਾਲ ਦਾ 2 ਬੱਚੇ ਜਾਂਦੇ ਜੀ ਮੇਰੇ ਨਾਲ ਇੱਕ ਗੁੜੀ ਹੈ ਇੱਕ ਬੇਟਾ ਵਾ ਤੁਹਾਡਾ ਹਾਂਜੀ ਹਾਂਜੀ ਉਹ ਦੋਨੋਂ ਨਾਲ ਜਾਂਦੇ ਨੇ ਹਾਂਜੀ ਪਹਿਲਾਂ ਸਕੂਲ ਪੜ੍ਹਦੇ ਨੇ ਸਕੂਲੇ ਸਾਰੇ ਪਹਿਲਾਂ ਸਕੂਲ ਜਾਂਦੇ ਆ ਜੀ ਫਿਰ 3 ਵਜੇ ਆਉਂਦੇ ਆ ਉਹਨਾਂ ਦੇ ਆਉਣ ਤੱਕ ਮੈਂ ਬਣਵਾ ਕੇ ਮੇਰੇ ਘਰ ਤੋਂ ਰੱਖਦਾ ਉਦੋਂ ਆਉਣ ਸਾਰੇ ਨੂੰ ਮੈਂ ਜ਼ਿਆਦਾ ਕਰਕੇ ਵੀ ਮੈਨੂੰ ਬੈਠਣ ਵੀ ਨਹੀਂ ਦਿੰਦਾ ਕੱਪੜੇ ਲਾ ਕੇ ਨਹਾ ਕੇ ਰੋਟੀ ਖਾ ਕੇ ਉਹਦੀ ਚੱਲ ਪੈਂਦੇ ਮੇਰੇ ਨਾਲ ਤਾਂ ਅਸੀਂ ਵੱਜ ਜਾਣਾ ਸਾਨੂੰ 9 ਵੱਜਣ ਸਾਨੂੰ 9:30 ਆ ਜੀ ਅਸੀਂ 7-8 ਵਜੇ ਨੂੰ ਆ ਜੀ ਘਰੇ ਹਰੇਕ ਮਾਂ ਬਾਪ ਦਾ ਸੁਪਨਾ ਹੁੰਦਾ ਸਾਡੇ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਕੇ ਬਿਜ਼ਨਸਮੈਨ ਬਣਨ ਜਾਂ ਫਿਰ ਅਫਸਰ ਬਣਨ ਪਰ ਤੁਸੀਂ ਕਿਵੇਂ ਦਿਲ 'ਤੇ ਕੀ ਬੀਤਦੀ ਹੈ ਜਦੋਂ ਲੱਗਦਾ ਕਿ ਜਿਹੜੇ ਟਾਈਮ ਮੈਨੂੰ ਕੰਮ ਕਰਕੇ ਬੱਚਿਆਂ ਨੂੰ ਪਾਲਣਾ ਚਾਹੀਦਾ ਸੀ ਉਹ ਟਾਈਮ ਦੇ ਵਿੱਚ ਅੱਜ ਬੱਚੇ ਮੇਰਾ ਸਹਾਰਾ ਬਣੇ ਹੋਏ ਨੇ ਹਾਂਜੀ ਇਹ ਗੱਲ ਤਾਂ ਮੈਂ ਮਹਿਸੂਸ ਕਰਦਾ ਜੀ ਫਿਰ ਵੀ ਹੁਣ ਮਜਬੂਰੀ ਕਾਰਨ ਲੈ ਕੇ ਜਾਣਾ ਜੀ ਮੇਰਾ ਜੀ ਨਹੀਂ ਕਰਦਾ ਬਸ ਵੀ ਇੱਕ ਕਾਰਨ ਵੀ ਮੈਂ ਇੱਕ ਕਰਮੀ ਵੀ ਨਹੀਂ ਚੱਲ ਸਕਦਾ ਅੱਗੇ ਮੈਂ ਤੁਸੀਂ ਇੰਨੇ ਜਾਣੇ ਖੜੇ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਹੱਥ 'ਚ ਕੀ ਚੀਜ਼ ਹੈ ਕਿੱਦਾਂ ਦੇ ਕੱਪੜੇ ਪਾਏ ਤੁਹਾਡੇ ਕੋਈ ਮਤਲਬ ਨਹੀਂ ਵੀ ਕਿਹੋ ਜਿਹਾ ਮੌਸਮ ਹੈ ਕੀ ਟਾਈਮ ਹੋ ਰਿਹਾ ਜਵਾਨ ਤੋਂ ਬੱਚਿਆਂ ਤੋਂ ਪੁੱਛਦਾ ਵੀ ਕੀ ਟਾਈਮ ਹੈ ਦੱਸ ਦੇ ਵੀ ਇੰਨੇ ਵੱਧ ਗਏ ਉਸੇ ਗੱਲ ਨੂੰ ਮੈਂ ਸੱਚ ਮੰਨ ਲੈਂਦਾ ਵੀ ਜੇ ਇਹਨਾਂ ਨੇ 5 ਕਰੇ ਤਾਂ 5 ਵੱਧ ਗਏ ਜੇ 4 ਕੁ ਤਾਂ 4 ਵੱਧ ਗਏ ਨਾ ਦਿਨ ਦਾ ਨਾ ਰਾਤ ਦਾ ਮੈਨੂੰ ਕੋਈ ਮਤਲਬ ਨਹੀਂ ਬੱਚੇ ਆਉਂਦੇ ਜੀ ਪੜ੍ਹ ਕੇ ਬਸ ਉਹਨਾਂ ਦੇ ਵੇਖਦਾ ਜੈਸੇ ਆ ਕੇ ਕੰਮ ਕਰਦੇ ਰਾਤ ਨੂੰ ਇਹ
ਜਿਹੜਾ ਮੈਡਮ ਨੇ ਦਿੱਤਾ ਵੀ ਜਾਂ ਸਰਾਂ ਨੇ ਦਿੱਤਾ ਕੰਮ ਵੀ ਜਾ ਕੇ ਹੁਣ ਕਰ ਲਏ ਬੱਚੇ, ਪਰ ਮੈਂ ਉਹਨਾਂ ਨੇ ਕਹਿੰਦੇ ਵੀ ਨਹੀਂ ਪੁੱਤ ਤੁਸੀਂ ਰਾਤ ਨੂੰ ਕਰਿਓ, ਹੁਣ ਜੇ ਹੱਥ ਨਹੀਂ ਖਾਓਗੇ ਕਿ ਜੇ ਹੁਣ ਤੁਸੀਂ ਪੜ੍ਹਨ ਬਹਿ ਗਏ ਤਾਂ ਵੀ ਮੈਂ ਇਕੱਲਾ ਤਾਂ ਨਹੀਂ ਚੱਲ ਸਕਦਾ, ਤੁਹਾਡੀ ਮੰਮੀ ਜਾਂਦੀ ਆ, ਹੁਣ ਨਾਲੀ ਦੇ ਕਾਰਨ 3-4 ਦਿਨ ਹੋ ਗਏ ਵੀ ਘਰੇ ਨੇਗੇ, ਇੰਨਾ ਬੁਰਾ ਹਾਲ ਸੀ ਵੀ ਧੰਨਵਾਦ ਕਰ ਦਿੰਦਾ ਵੀਰਾਂ ਨੇ ਕਲੱਬ ਵਾਲਿਆਂ ਦਾ ਜਿਹੜਾ ਨੇ ਮਦਦ ਕੀਤੀ ਹੈ, ਕਿਸੇ ਨੇ ਸਰਕਾਰ ਨੇ ਜਾਂ ਕਿਸੇ NGO ਨੇ ਜਾਂ ਕਿਸੇ ਹੋਰ ਆਂਢ ਗੁਆਂਢ ਪੜੋਸ ਨੇ ਕਿਸੇ ਨੇ ਜਿੰਨੇ ਜੀ ਆਂਢ ਗੁਆਂਢ ਜਿੰਨਾ ਕੁ ਹੋ ਸਕਦਾ ਉਹਨਾਂ ਕੁ ਦਿੰਦੇ ਆ ਜੀ ਮੈਨੂੰ, ਪਰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਜੀ ਮੈਨੂੰ, ਠੀਕ ਹੈ ਹਾਂਜੀ, ਪੈਨਸ਼ਨ ਤੱਕ ਵੀ ਨਹੀਂ ਜੀ ਮੇਰੀ। ਕੀ ਨਾਮ ਕੀ ਹੈ ਬੇਟਾ ਤੇਰਾ? ਰਾਜਵੀਰ। ਕਿੰਨਵੀਂ ਕਲਾਸ 'ਚ ਪੜ੍ਹਦੇ ਹੋ? 8। ਹਾਂਜੀ, ਤੀਜੀ 'ਚ। ਤੀਜੀ 'ਚ ਪੜ੍ਹਦੇ ਹੋ, ਤੇ ਕਿੰਨੇ ਵਜੇ ਸਵੇਰੇ ਸਕੂਲ ਜਾਂਦੇ ਹੋ, ਕਿੰਨੇ ਵਜੇ ਵਾਪਸ ਆਉਂਦੇ ਹੋ? 8 ਵਜੇ, 3 ਵਜੇ ਆ ਜਾਂਦਾ। 3 ਵਜੇ ਆ ਜਾਂਦੇ ਹੋ, ਫਿਰ ਉਸ ਤੋਂ ਬਾਅਦ ਪਾਪਾ ਨਾਲ ਕਿੰਨੇ ਵਜੇ ਜਾਂਦੇ ਹੋ? ਇਹ 4 ਵਜੇ ਤੱਕ ਆ ਜਾਂਦਾ। 4 ਵਜੇ ਤੋਂ ਬਾਅਦ ਤੇ ਰਾਤੀ ਕਿੰਨੇ ਵਜੇ ਆਉਂਦੇ ਹੋ ਫਿਰ? ਰਾਤ ਤਾਂ ਕਦੇ ਰਾਤ ਕਰ ਲੈਂਦੇ, ਕਦੇ ਨਹੀਂ ਆਉਂਦੇ। ਤੁਹਾਡਾ ਦਿਲ ਨਹੀਂ ਕਰਦਾ ਬਾਕੀ ਬੱਚਿਆਂ ਵਾਂਗ ਅਸੀਂ ਵੀ ਖੇਲੀਏ ਕੁੱਦੀਏ ਜਾਂ ਹੋਰ ਕੰਮ ਆਪਣਾ ਪੜ੍ਹੀਏ ਲਿਖੀਏ? ਹਾਂ ਕਰਦਾ, ਪੜ੍ਹਨਾ ਤਾਂ। ਕਿਵੇਂ ਲੱਗਦਾ ਪਾਪਾ ਨਾਲ ਜਾਂਦੇ ਹੋ ਕੰਮ ਕਰਨ? ਲੋਕ ਲੈਂਦੇ ਨੇ ਫੁੱਲੇ ਦੇ, ਜਦੋਂ ਤੁਸੀਂ ਲੋਕਾਂ ਨੂੰ ਕੀ ਕਹਿੰਦੇ ਹੋ ਕਿ ਫੁੱਲੇ ਜਿਹੜੇ ਵੇਚਦੇ ਹੋ ਕਿੰਨੇ ਕੁ ਲੋਕ ਲੈ ਲੈਂਦੇ ਨੇ? ਵਾਧੂ ਲੈ ਜਾਂਦੇ। ਲੈ ਜਾਂਦੇ ਨੇ? ਹਾਂ। ਗੁਜ਼ਾਰਾ ਹੋ ਜਾਂਦਾ ਘਰ ਦਾ? ਹਾਂ। ਖੇਡਣ ਨੂੰ ਨਹੀਂ ਦਿਲ ਕਰਦਾ ਵੀ ਅਸੀਂ ਛੋਟੇ ਹਾਂ, ਬਾਕੀ ਬੱਚੇ ਵੀ ਗਲੀ 'ਚ ਖੇਡਦੇ ਹੋਣਗੇ, ਬੱਚਿਆਂ ਨੂੰ ਦੇਖ ਕੇ ਕੀ ਲੱਗਦਾ? ਅਸੀਂ ਖੇਡਣ ਮਨ ਤਾਂ ਬਹੁਤ ਕਰਦਾ, ਖੇਡਣੇ ਟਾਈਮ ਨਹੀਂ ਹੁੰਦਾ ਪਰ ਮਨ ਬਹੁਤ ਕਰਦਾ। ਗੁੜੀਆ ਤੂੰ ਵੀ ਨਾਲ ਜਾਂਦੀ ਹੈ? ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ, ਜਿਹੜਾ ਘਰ ਦੇ ਵਿੱਚ ਹੀ ਇਹ ਪਾਪੜ ਨੇ ਜਿਹੜੇ ਕਿ ਉਹ ਬਣਾਉਂਦੇ ਨੇ, ਆਪ ਹੀ ਬਣਾਉਂਦੇ ਨੇ ਔਰ ਆਪ ਹੀ ਵੇਚਦੇ ਨੇ। ਸੋ ਦੇਖ ਸਕਦੇ ਹੋ ਤੁਸੀਂ ਘਰ ਦੇ ਵਿੱਚ ਇੱਕ ਛੋਟੀ ਜਿਹੜੀ ਕੜਾਹੀ ਹੈ ਉਹ ਰੱਖੀ ਹੋਈ ਹੈ, ਉਹਦੇ ਵਿੱਚ ਹੀ ਜਿਹੜੇ ਕਿ ਪਾਪੜ ਨੇ ਉਹ ਤਲਦੇ ਨੇ। ਸੋ ਗੱਲਬਾਤ ਵੀ ਕਰਾਂਗੇ, ਤੁਸੀਂ ਆਪ ਹੀ ਘਰ ਦੇ ਵਿੱਚ ਤਿਆਰ ਕਰਦੇ ਹੋ? ਹਾਂਜੀ ਵੀਰ ਜੀ। ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਅੱਖਾਂ ਦੀ ਜਿਹੜੀ ਤੁਸੀਂ ਦੱਸ ਰਹੇ ਨੇ 2 ਸਾਲ ਹੋ ਗਏ ਨੇ, ਫਿਰ ਗੁਜ਼ਾਰਾ ਕਿਵੇਂ ਚੱਲ ਜਾਂਦਾ ਗੁਜ਼ਾਰਾ? ਬਸ ਵੀਰ ਖੇਤ ਬੰਨੇ ਦਾ ਕੰਮ ਕਰਦੇ ਹਾਂ, ਝੋਨਾ ਜਾਂਦਾ ਝੋਨਾ ਲਾ ਲੈਂਦੇ ਹਾਂ, ਨਰਮਾ ਜਾਂਦਾ ਨਰਮਾ ਚੁਗ ਲੈਂਦੇ ਹਾਂ, ਬਸ ਹੁਣ ਬਸ ਇਹਨਾਂ ਨੇ ਸਾਲ ਘਿਓ ਸਾਲ 2 ਸਾਲ ਤਾਂ ਇਹਨਾਂ ਨੇ ਸਾਲ ਤਾਂ ਇਹਨਾਂ ਨੇ ਕੁਛ ਨਹੀਂ ਕੀਤਾ ਕੰਮ, ਅਤੇ ਹੁਣ ਲੱਗ ਗਏ ਵੀ ਸਕੀਮ ਬਣਾਈ ਵੀ ਪਾਪੜ ਵੇਚਿਆ ਕਰਾਂਗੇ, ਵੀ ਮੈਂ ਘਰੇ ਤਿਆਰ ਕਰਕੇ ਦਿਆਂ ਕਰੋ, ਤੁਸੀਂ ਵੇਚਣ ਜਾਇਆ ਕਰੋ। ਤੁਸੀਂ ਆਪ ਵੀ ਕੰਮ ਕਰਦੇ ਹੋ ਕੋਈ? ਹਾਂ ਜੀ ਕਰਦੇ ਹਾਂ ਜੀ, ਖੇਤ ਬੰਨੇ ਦਾ ਜੀ। ਠੀਕ ਹੈ, ਹਾਂ ਜੀ ਵਧੀਆ, ਬਸ ਹੋ ਜਾਂਦਾ, ਬੱਚਿਆਂ ਦੇ ਪੜ੍ਹਾਈ ਦਾ ਨਹੀਂ ਕੋਈ ਕਾਪੀ ਕੁਪੀਆਂ ਦਾ ਨਹੀਂ, ਬਸ ਉਹ ਪੂਰਾ ਆਉਂਦਾ ਸਾਥੋਂ, ਬਾਕੀ ਬੱਚੇ ਕਹਿੰਦੇ ਵੀ ਅਸੀਂ ਪੜ੍ਹਨਾ, ਅਸੀਂ ਕਹਿ ਦਿੰਦੇ ਹਾਂ ਵੀ ਬੇਟਾ ਵੀ ਕੰਮ ਵੀ ਕਰਨਾ ਕਰੀਏ, ਕੀ ਮਜਬੂਰੀ ਆ ਆਪਣੀ, ਇਸ ਹਾਲਾਤ ਨਾਲ ਅਸੀਂ ਵੱਡੇ ਮੁੰਡੇ ਨੂੰ ਜੀ ਪੜ੍ਹਨ ਘੱਟ ਭੇਜਦੇ ਹਾਂ ਜੀ। ਕੀ ਦਿਲ 'ਤੇ ਕੀ ਬੀਤਦੀ ਹੈ ਜਦੋਂ ਦੇਖਦੇ ਹੋ ਆਂਢ ਗੁਆਂਢ ਦੇ ਬੱਚੇ ਨੇ ਜਾਂ ਮੁਹੱਲੇ ਦੇ ਬੱਚੇ ਨੇ ਉਹ ਜਦੋਂ ਪੜ੍ਹਦੇ ਲਿਖਦੇ ਨੇ ਖੇਡਦੇ ਨੇ, ਤੁਹਾਡੇ ਬੱਚੇ ਮਹਿਜ ਛੋਟੀ ਦੀ ਉਮਰ ਦੇ ਵਿੱਚ ਆਪਣੇ ਬਾਪ ਦੇ ਨਾਲ ਜਾ ਰਹੇ ਨੇ ਕਮਾਉਣ ਵਾਸਤੇ? ਬਹੁਤ ਵਧੀਆ ਦਿਲ 'ਤੇ ਬੀਤਦੀ ਹੋਇਆ, ਮੈਂ ਐਵੇਂ ਹੁੰਦਾ ਵੀ ਸਾਡੇ ਬੱਚੇ ਤੱਕ ਪੜ੍ਹ ਨਹੀਂ ਸਕਦੇ ਹੈਗੇ, ਅੱਖਾਂ ਦੇ ਵਿੱਚੋਂ ਹੰਝੂ ਨੇ ਇੱਕ ਮਾਂ ਦੇ ਜਿਹੜੇ ਕਿ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਨੇ, ਜਿਹੜੀ ਉਮਰ ਉਹਨਾਂ ਦੇ ਖੇਡਣ ਕੁੱਦਣ ਦੀ ਹੈ ਉਸੇ ਉਮਰ ਦੇ ਵਿੱਚ ਉਹਨਾਂ ਨੂੰ ਬਾਪ ਦਾ ਜਿਹੜਾ ਕਿ ਸਹਾਰਾ, ਅਕਸਰ ਲੋਕ ਤੁਸੀਂ ਸਾਰੇ ਦੇ ਜਾਣਦੇ ਹੋਵਾਂਗੇ ਜਿਹੜੇ ਕਿ ਮਾਂ ਬਾਪ ਨੇ ਉਹ ਬੱਚਿਆਂ ਦਾ ਸਹਾਰਾ ਬਣਦੇ ਨੇ, ਪਰ ਇੱਥੇ ਪਰਿਵਾਰ ਦੇ ਵਿੱਚ ਜਿਹੜੇ ਕਿ ਛੋਟੇ ਬੱਚੇ ਨੇ ਉਹ ਮਾਂ ਬਾਪ ਦਾ ਸਹਾਰਾ ਬਣੇ ਹੋਏ ਨੇ। ਰੈਂਟ 'ਤੇ ਰਹਿੰਦੇ ਹੋ? ਆਪਣਾ ਮਕਾਨ ਹੈ, ਕਿਰਾਏ 'ਤੇ ਰਹਿੰਦੇ। ਕਿੰਨੇ ਬੱਚੇ ਕਿੰਨੇ ਟੋਟਲ ਤੁਹਾਡੇ? 5 ਨੇ ਜੀ, ਵੱਡੀ ਕੁੜੀਆਂ ਵਿਆਹੀ ਹੋਈ ਹੈ ਜੀ, ਬਾਕੀ 4 ਕੋਲੇ ਨੇ ਜੀ। ਹੁਣ ਕਿਸੇ ਨੇ ਹੈਲਪ ਨਹੀਂ ਕੀਤੀ, ਕਿਸੇ ਨੇ ਕੋਈ ਮਦਦ ਨਹੀਂ ਕੀਤੀ? ਨਹੀਂ ਵੀਰ ਜੀ, ਇਹਨਾਂ ਨੂੰ ਵੀਰ ਹੋਰਾਂ ਨੂੰ ਹੁਣ ਪਤਾ ਲੱਗਿਆ ਜੀ, ਇਹਨਾਂ ਨੇ ਸਾਨੂੰ ਸੌਦਾ ਪੱਤਾ ਦਿੱਤਾ ਜੀ ਹੁਣ। ਹਾਂਜੀ, ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਰਦਾਸ ਫਾਊਂਡੇਸ਼ਨ ਨੇ, ਜਿਨ੍ਹਾਂ ਨੇ ਇਹਨਾਂ ਦੀ ਵੀਡੀਓ ਵਾਇਰਲ ਕੀਤੀ ਸੀ, ਉਸ ਤੋਂ ਬਾਅਦ ਕੁਝ ਜਿਹੜੇ ਕਿ ਲੋਕ ਨੇ ਉਹ ਅੱਗੇ ਆਉਂਦੇ ਨੇ ਤਾਂ ਮਦਦ ਹੁੰਦੀ ਹੈ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਭਾਅ ਜੀ ਅਸੀਂ ਦੇਖਿਆ ਵੀਡੀਓ ਤੁਸੀਂ ਵਾਇਰਲ ਕੀਤੀ ਹੈ, ਉਸ ਤੋਂ ਬਾਅਦ ਕੀ ਲੱਗਿਆ ਆਏ ਲੋਕਾਂ 'ਤੇ ਕੋਈ ਫੋਨ ਫਾਨ ਜਾਂ ਲੋਕਾਂ ਨੇ ਕੋਈ ਕੀਤੀ ਇਹਨਾਂ ਦੀ ਮਦਦ? ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਇੱਥੇ ਪਹੁੰਚਣ 'ਤੇ ਅਸੀਂ ਜੀ ਆਏ ਕਹਿੰਦੇ ਤੁਹਾਨੂੰ, ਸਾਨੂੰ ਆਪਣੇ ਨਾਲ ਹੀ ਖੜ੍ਹੇ ਨੇ ਅੰਕਲ ਜੀ, ਇਹਨਾਂ ਨੇ ਸਾਨੂੰ ਦੱਸ ਪਾਈ ਸੀ ਕਿ ਇਸ ਤਰ੍ਹਾਂ ਦਾ ਕੋਈ ਪਰਿਵਾਰ ਹੈ, ਜਦੋਂ ਅਸੀਂ ਦੇਖਣ ਆਏ ਅਤੇ ਸਾਨੂੰ ਲੱਗਿਆ ਵਾਕਈ ਵੀ ਵਾਕਈ ਲੋੜਵੰਦ ਪਰਿਵਾਰ ਹੈ, ਬਾਜ਼ਾਰ 'ਚ ਅਸੀਂ ਤੁਰੇ ਫਿਰਦੇ ਦੇਖਿਆ ਜ਼ਰੂਰ ਸੀਗਾ ਪਰ ਸਟੋਰੀ ਦਾ ਨਹੀਂ ਸਾਨੂੰ ਪਤਾ ਵੀ ਕੀ ਗੱਲਬਾਤ ਹੈ।
ਅਤੇ ਅਸੀਂ ਅਰਦਾਸ ਚੈਰੀਟੇਬਲ ਟਰੱਸਟ ਵੱਲੋਂ ਇੱਕ ਵੀਡੀਓ ਹੈ ਜਿਹੜੀ ਫੇਸਬੁੱਕ ਦੇ ਉੱਤੇ ਅਪਲੋਡ ਕੀਤੀ ਹੈ ਅਤੇ ਅਸੀਂ ਜਦੋਂ ਆਏ ਅਤੇ ਨਾਲ ਦੀ ਨਾਲ ਅਸੀਂ ਇੱਕ ਮਹੀਨੇ ਦਾ ਰਾਸ਼ਨ ਇਹਨਾਂ ਨੂੰ ਕੱਲ੍ਹ ਹੀ ਅਸੀਂ ਪ੍ਰੋਵਾਈਡ ਕਰਵਾ ਗਏ ਸੀਗੇ ਅਤੇ ਉਸ ਤੋਂ ਬਾਅਦ ਬੱਚੇ ਸਾਨੂੰ ਮਿਲੇ ਬੱਚਿਆਂ ਨੂੰ ਵੀ ਅਸੀਂ ਰਾਹ 'ਚ ਰੋਕ ਕੇ ਦੁਕਾਨਾਂ 'ਤੇ ਜਦੋਂ ਜਾਂਦੇ ਸੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਹੈ ਫਿਰ ਇਹਨਾਂ ਨੇ ਸਾਨੂੰ ਸਾਰਾ ਦੱਸਿਆ ਵੀ ਇਸ ਤਰ੍ਹਾਂ ਪਾਪਾ ਜਿਹੜੇ ਉਹਨੂੰ ਦਿਸਦਾ ਨੀਗਾ ਅਤੇ ਅਸੀਂ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਦੇ ਹਾਂ ਤੁਸੀਂ ਦੇਖ ਰਹੇ ਹੋ ਬੱਚੇ ਮਹਿਜ ਬਹੁਤ ਛੋਟੇ ਛੋਟੇ ਪੜ੍ਹਨ ਦੀ ਇਹਨਾਂ ਦੀ ਖੇਡਣ ਦੀ ਉਮਰ ਹੈ ਅਤੇ 3 ਵਜੇ ਤੋਂ ਬਾਅਦ ਇਹ ਆ ਕੇ ਜਿਹੜਾ ਆਪਦੇ ਪਾਪਾ ਨਾਲ ਜਾਂਦੇ ਨੇ ਅਤੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚਲਾ ਰਹੇ ਨੇ ਜੀ। ਅਤੇ ਹੁਣ ਹੋਰ ਵੀ ਕੋਈ ਦਾਨੀ ਸੱਜਣ ਅੱਗੇ ਆਏ ਨੇ ਜੋ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਕਿੰਨੀ ਕੁ ਵਾਇਰਲ ਹੁੰਦੀ ਕਿੰਨੇ ਕੁ ਲੋਕ ਅੱਗੇ ਆਏ ਨੇ ਹੋਰ? ਹਾਂਜੀ ਇਹਦੇ ਵਿੱਚ ਜਿਹੜੇ ਸਾਡੇ ਨਾਲ ਜਿਵੇਂ ਪਿੱਛੇ ਪੂਜਾ ਔਰ ਕਰਨ ਦੀ ਆਪਾਂ ਜਿਹੜੀ ਮਕਾਨ ਦੀ ਵੀਡੀਓ ਵਾਸਤੇ ਆਪਾਂ ਹੈਲਪ ਵਾਸਤੇ ਬੇਨਤੀ ਕੀਤੀ ਸੀ ਤਾਂ ਉਹਨਾਂ ਸੱਜਣਾਂ ਦੇ ਵਿੱਚੋਂ ਹੀ ਅਸੀਂ ਜਿਹੜੇ ਸਾਡੇ ਨਾਲ ਵਟਸਐਪ 'ਤੇ ਜੁੜੇ ਸੀ ਉਹਨਾਂ ਸੱਜਣਾਂ ਨੂੰ ਅਸੀਂ ਵੀਡੀਓ ਵਟਸਐਪ 'ਤੇ ਅਸੀਂ ਕੀਤੀ ਹੈ ਅਤੇ ਉਹਨਾਂ 'ਚੋਂ ਇੱਕ ਸੱਜਣ ਨੇ ਸਾਨੂੰ ਮਤਲਬ ਕਿ ਵਧੀਆ ਮਦਦ ਕੀਤੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੋ ਵੀ ਲੋੜ ਹੋਊਗੀ 1.5 ਸਾਲ ਤੱਕ ਕਮ ਸੇ ਕਮ ਵੀ ਇਹਨਾਂ ਨੂੰ ਰਾਸ਼ਨ ਮੇਰੇ ਵੱਲੋਂ ਹੋਊਗਾ ਬੇਸ਼ੱਕ ਜਿੰਨਾ ਮਰਜ਼ੀ ਇਹ ਲੈ ਲੈਣ। ਸੋ ਇਸ ਅਰਦਾਸ ਫਾਊਂਡੇਸ਼ਨ ਦੇ ਮੈਂਬਰ ਜਿਨ੍ਹਾਂ ਦੇ ਵੱਲੋਂ ਇਹ ਪਰਿਵਾਰ ਦੀ ਜਿਹੜੀ ਕਿ ਵੀਡੀਓ ਬਣਾ ਕੇ ਉਹ ਵਾਇਰਲ ਕੀਤੀ ਗਈ ਹੈ ਜਿਸ ਤੋਂ ਬਾਅਦ ਥੋੜ੍ਹੀ ਬਹੁਤੀ ਜਿਹੜੀ ਕਿ ਹੈਲਪ ਹੈ ਜ਼ਰੂਰ ਦੇਖਣ ਨੂੰ ਮਿਲੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਇੱਕ ਵਾਰ ਕਿਸ ਤਰ੍ਹਾਂ ਜਿਹੜੇ ਕਿ ਇਹ ਪਰਿਵਾਰ ਹੈ ਆਪਣਾ ਕਿਰਤ ਕਰਕੇ ਜਿਹੜਾ ਕਿ ਰੋਟੀ ਖਾ ਰਹੇ ਨੇ। ਸੋ ਕਈ ਲੋਕ ਅਸੀਂ ਅਕਸਰ ਦੇਖਦੇ ਹਾਂ ਰੋਡ 'ਤੇ ਜਾਂ ਰੈੱਡ ਲਾਈਟਾਂ 'ਤੇ ਵੀ ਜਿਹੜਾ ਲੋਕ ਨੇ ਉਹ ਮੰਗਣਾ ਸ਼ੁਰੂ ਕਰ ਦਿੰਦੇ ਨੇ ਠੀਕ ਠਾਕ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਮੰਗ ਕੇ ਖਾਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਸੁਣਨ 'ਚ ਆਉਂਦਾ ਹੈ ਕਿ ਮੰਗਿਆ ਵੱਧ ਪੈਸੇ ਮਿਲ ਜਾਂਦੇ ਨੇ। ਪਰ ਕੁਝ ਅਜਿਹੇ ਪਰਿਵਾਰ ਵੀ ਨੇ ਜੋ ਮੰਗਣਾ ਬਿਲਕੁਲ ਪਸੰਦ ਨਹੀਂ ਕਰਦੇ ਅਤੇ ਕਿਰਤ ਕਰਕੇ ਜਿਹੜਾ ਕਿ ਕਮਾਈ ਕਰਕੇ ਜਿਹੜਾ ਕਿ ਰੋਟੀ ਖਾਣ ਨੂੰ ਮਜਬੂਰ ਸਮਝਦੇ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਦੋਂ 2 ਸਾਲ ਹੋ ਗਏ ਨੇ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਕਿ ਗਈ ਹੋਈ ਹੈ ਉਸ ਦੇ ਬਾਵਜੂਦ ਵੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਜਾਂਦੇ ਨੇ ਅਤੇ ਫੁੱਲੇ ਵੇਚਦੇ ਨੇ। ਸੋ ਇਹਨਾਂ ਦੀ ਵੀਡੀਓ ਬਣਾ ਕੇ ਅਰਦਾਸ ਚੈਰੀਟੇਬਲ ਟਰੱਸਟ ਦੇ ਵੱਲੋਂ ਵਾਇਰਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਦਾਨੀ ਸੱਜਣ ਜਿਹੜੇ ਕਿ ਅੱਗੇ ਆਉਂਦੇ ਨੇ ਅਤੇ ਇਹਨਾਂ ਦੀ ਮਦਦ ਕਰਦੇ ਨੇ। ਸੋ ਅਸੀਂ ਵੀ ਤੁਹਾਨੂੰ ਅਪੀਲ ਕਰਾਂਗੇ ਸੋ ਵੱਧ ਤੋਂ ਵੱਧ ਜਿਹੜੀ ਕਿ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਸਰਕਾਰਾਂ ਤੱਕ ਪਹੁੰਚ ਸਕਣ ਤਾਂ ਜੋ ਹੋ ਸਕਦਾ ਸਰਕਾਰਾਂ ਦੇ ਕੰਨ 'ਤੇ ਵੀ ਕੋਈ ਜੂੰ ਸਰਕੇ ਜਿੱਥੇ ਅਸੀਂ ਤੁਸੀਂ ਲੋਕ ਜਿਹੜੇ ਇਹਨਾਂ ਦੀ ਮਦਦ ਕਰਦੇ ਹਾਂ ਸਰਕਾਰ ਤੱਕ ਵੀ ਇਹ ਵੀਡੀਓ ਪਹੁੰਚੇ ਸਰਕਾਰ ਵੀ ਜਿਹੜੇ ਕਿ ਇਹੋ ਜਿਹੇ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਜਿਹੜੀ ਕਿ ਮਦਦ ਵਾਸਤੇ ਅੱਗੇ ਆਵੇ। ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿ ਤੁਹਾਡਾ 1 ਸ਼ੇਅਰ ਹੈ ਜਿਹੜਾ ਉਹ ਵੀਡੀਓ ਦੇ ਵਿੱਚ ਇਹਨਾਂ ਦੀ ਕਈ ਮਦਦ ਕਰ ਸਕਦਾ ਹੈ। ਕੈਮਰਾ ਪਰਸਨ ਪਵਨ ਨਾਲ ਹਿੰਮਤ ਸਿੰਘ ਦਿਕਪਾਲ ਦੈਨਿਕ ਸਵੇਰਾ ਸਰਦੂਲਗੜ੍ਹ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ ਜਾਂ ਦੁਟੋਣਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।